ਦਫ਼ਤਰ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਵੇਰਕਾ ਵੱਲੋਂ ਸ਼੍ਰੀ ਕੁਲਵੰਤ ਸਿੰਘ ਨੇ BPEO ਦਾ ਅਹੁਦਾ ਸੰਭਾਲਿਆ। ਆਓ ਵੇਖੀਏ ਪੂਰੀ ਰਿਪੋਰਟ। ਅੰਦਰ ਕੀ ਨਾਮ ਹੈ? ਕੁਲਵੰਤ ਸਿੰਘ। ਅੱਜ ਜੋ ਸਨਮਾਨਿਤ ਕੀਤਾ ਜਾ ਰਿਹਾ ਉਹਦਾ ਜਿਹੜਾ ਮਿਲਿਆ ਡੈਜੀਨੇਸ਼ਨ ਮਿਲਿਆ, ਇਸ ਤੋਂ ਤੁਸੀਂ ਕਹਿਣਾ ਚਾਹੋਗੇ? ਮੈਂ ਮਾਣਯੋਗ ਸਕੱਤਰ ਸਾਹਿਬ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਅੰਮ੍ਰਿਤਸਰ, ਬਲਾਕ ਸਿੱਖਿਆ ਅਫਸਰ ਸਰਦਾਰ ਗੁਰਦੇਵ ਸਿੰਘ, ਸਰਦਾਰ ਸ਼੍ਰੀ ਜਸਪਾਲ ਜੀ ਅਤੇ ਸਮੂਹ CIT ਸਾਹਿਬ ਔਰ ਹੈੱਡ ਔਰ ਮੇਰੇ ਇੱਥੇ ਸਵਾਗਤ ਵਾਸਤੇ ਬੋਨਟੇ ਪਿਸਵਾ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਜੀ। ਇਸ ਦੇ ਨਾਲ ਹੀ ਮੈਸੇਜ ਪੰਜਾਬ ਸਰਕਾਰ ਵੱਲੋਂ ਜੀ, ਪੰਜਾਬ ਸਰਕਾਰ ਦਾ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨਕਸ਼ਨੁਹਾਰੀ ਬਦਲਤੀ ਹੈ। ਬਹੁਤ ਵਧੀਆ ਅਤੇ ਮਹਿੰਗੀ ਕਿਸਮ ਦੇ ਪ੍ਰੋਜੈਕਟਰ, ਕੰਪਿਊਟਰ, ਲੈਪਟੋਪ ਔਰ ਸਰਕਾਰੀ ਸਟਾਫ, ਪ੍ਰਿੰਸੀਪਲ ਸਾਹਿਬ ਔਰ ਵਧੀਆ ਅਧਿਆਪਕ ਇਹਨਾਂ ਸਕੂਲਾਂ ਵਿੱਚ ਭਰਤੀ ਕਰਦੇ ਹਨ ਬੱਚਿਆਂ ਦੀ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਲਈ, ਔਰ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ, ਜਾਨੇ ਪੰਜਾਬ ਦੇ ਬੱਚਿਆਂ ਨੂੰ ਉੱਚੇ ਮੁਕਾਮ 'ਤੇ ਪਹੁੰਚਾਉਣ ਲਈ ਇਹ ਸਾਨੂੰ ਚੱਲ ਰਹੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਸਾਹਿਬ ਔਰ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਜੀ, ਧੰਨਵਾਦ ਜੀ। ਮੈਂ ਚੰਦਰ ਕਿਰਨ, ਸੈਂਟਰ ਹੈੱਡ ਟੀਚਰ ਘਨੂਪੁਰ। ਅੱਜ ਡਿਪਾਰਟਮੈਂਟ ਦੀਆਂ ਇੰਸਟਰਕਸ਼ਨਸ ਦੇ ਮੁਤਾਬਿਕ ਜਿਹੜਾ BPO ਕੈਡਰ ਹੈ ਉਹਦੇ 'ਚ ਥੋੜ੍ਹੀ ਬਹੁਤ ਫੇਰਬਦਲ ਵਿਭਾਗ ਨੇ ਕੀਤੀ ਹੈ। ਉਹਦੇ ਤਹਿਤ ਹੀ ਸਰਦਾਰ ਕੁਲਵੰਤ ਸਿੰਘ ਪੰਨੂ ਹੋਰਾਂ ਨੇ ਬਲੋਕ ਵੇਰਕਾ ਦਾ ਚਾਰਜ ਲਿਆ ਹੈ। ਅਸੀਂ ਸਰ ਦਾ ਸਾਰੇ ਸਟਾਫ ਵੱਲੋਂ, ਚਾਹੇ ਉਹ ਟੀਚਿੰਗ ਸਟਾਫ ਹੈ ਚਾਹੇ ਉਹ ਨੋਨ ਟੀਚਿੰਗ ਹੈ, ਅਸੀਂ ਤਹਿ ਦਿਲੋਂ ਸਰ ਤੁਹਾਡਾ ਵੈਲਕਮ ਕਰਦੇ ਹਾਂ ਅਤੇ ਨਾਲ ਹੀ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੇ ਡਿਪਾਰਟਮੈਂਟ ਨੇ ਜੋ ਵੀ ਡਿਊਟੀਜ਼ ਜੇਕਰ ਉਹ ਅਫਸਰ ਹੋਣ ਦੇ ਨਾਤੇ ਤੁਹਾਡੀਆਂ ਲਗਾਈਆਂ ਨੇ ਤਾਂ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਅਤੇ ਜਿੰਨੀਆਂ ਵੀ ਜ਼ਿੰਮੇਵਾਰੀਆਂ ਤੁਹਾਡੀਆਂ ਨੇ ਉਹਨੂੰ ਆਪਣੀਆਂ ਸਮਝ ਕੇ ਪੂਰੀਆਂ ਕਰਾਂਗੇ ਸਾਰੇ CHTs ਦੇ ਬਿਹਾਫ 'ਤੇ। ਹੈੱਡ ਟੀਚਰਸ, ਟੀਚਰਸ ਅਤੇ ਜਿੰਨਾ ਵੀ ਨੋਨ ਟੀਚਿੰਗ ਅਮਲਾ ਹੈ, ਦੇ ਵਿਲ ਨੈਵਰ ਲੈਟ ਯੂ ਡਾਊਨ ਐਂਡ ਵੀ ਪ੍ਰੋਮਿਸ ਟੂ ਸਟ੍ਰਾਈਵ ਫੋਰ ਬੈਟਰ ਐਜੂਕੇਸ਼ਨ। ਥੈਂਕ ਯੂ ਜੀ ਐਂਡ ਵੈਲਕਮ ਵਨਸ ਅਗੇਨ। ਸੋਨੂੰ ਖਾਨਕੋਟ ਦੀ ਰਿਪੋਰਟ, ਪੰਜਾਬੀ ਐਕਟਿਵ TV, ਅੰਮ੍ਰਿਤਸਰ।